ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। फरीदकोट के नजदीकी गांव में एक नाबालिग लड़की को घर में अकेले पाकर गांव के ही कुछ युवकों द्वारा उसके साथ छेड़छाड़ और शारीरिक संबंध बनाने की कोशिश करने का मामला दर्ज हुआ है। जानकारी मुताबिक नाबालिग लड़की के परिवार के आरोप है कि गांव के ही कुछ युवक उसको तंग परेशान करते थे, जिसको लेकर पहले भी इसकी सूचना पुलिस को दी गई थी। लेकिन 9 सितम्बर को जब लड़की के परिवार वाले काम पर गए थे और लड़की घर में अकेली थी, तभी गांव के ही कुछ लड़के उसके घर में घुसे और उसके साथ छेड़छाड़ करने लगे और अश्लील हरकतें करने लगे। इसी दौरान उन्होंने लड़की के साथ जबरदस्ती करने की कोशिश भी की, लेकिन लड़की द्वारा शोर मचाने के बाद वो भाग गए। लड़की की माता की शिकायत पर 5 लोगों के खिलाफ मामला दर्ज किया गया। अब परिवार वालों का दोष है कि इतने दिन बीत जाने के बाद भी पुलिस द्वारा आरोपियों को गिरफ्तार नहीं किया गया और उल्टा उन्हें राजीनामे के लिए दबाव डाला जा रहा है। आज लड़की और उसके पारिवारिक मेंबर जिले के SSP से मिले, जहां उन्होंने आरोपियों के खिलाफ कार्यवाही भी मांग भी की। वहीं लड़की के परिवार वालों ने कहा कि अगर उन्होंने इंसाफ की मांग की है तो अगर उन्हें नहीं मिला तो उन्हें डर है कि लड़की कोई गलत कदम ना उठा ले। वहीं लड़की की भाभी ने मामले की जानकारी देते हुए कहा कि उनका घर साथ में ही है और जब उसने लड़की के चीखने की आवाज सुनी तो वो उनके घर आई, तब लड़की बेहोश पड़ी हुई थी और जब उसको होश आया तो उसने अपने साथ जो घटना घटी उसकी जानकारी दी। उसने कहा कि आरोपी खुलेआम घूम रहे हैं लेकिन पुलिस कोई कार्यवाही नहीं कर रही। उसने कहा कि अगर पुलिस कोई कार्यवाही नहीं करती तो हम फिर अपनी ओर से कोई कदम उठाएंगे, इसकी जिम्मेदारी पुलिस की ही होगी। जब इस मामले में DSP जसतिंदर सिंह से बात की गई तो उन्होंने कहा कि हम अपनी तरफ से कार्रवाई कर रहे हैं और रेड कर रहे हैं और जल्द ही आरोपियों को गिरफ्तार भी कर लिया जाएगा। ए जी, मेरा महीना पहला मगर जाते होंगे सी, मैं तो मेरी मम्मा काम करन जाते होंगे सी, ਤੇ ਮੇਰੇ ਮਗਰ ਜਾਂਦੇ ਸੀ। ਮੇਰੀ ਮੰਮਾ ਨੇ ਉਦੋਂ ਪਹਿਲਾਂ 20 ਦਿਨ ਪਹਿਲਾਂ ਦਰਖਾਸਤ ਦਿੱਤੀ ਹੋਈ ਸੀਗੀ। ਇਹਨਾਂ ਨੇ ਉਹ ਦਰਖਾਸਤ ਦਾ ਫਾਇਦਾ ਚੁੱਕ ਕੇ ਆ ਕੇ ਮੇਰੀ ਇੱਜ਼ਤ ਨੂੰ ਪੈ ਗਏ। ਦੁਪਹਿਰ 1 ਦਾ ਟਾਈਮ ਸੀਗਾ, 9 ਤਰੀਕ ਸੀਗੀ, ਦੁਪਹਿਰ 1 ਵਜੇ ਮੇਰੇ ਆ ਕੇ ਗਲ ਪੈ ਗਏ ਕਾਸ਼ਦੀਪ ਸਿੰਘ, ਨਛੱਤਰ ਸਿੰਘ, ਗੁਰਸੇਵਕ ਸਿੰਘ, ਜਸਪਾਲ ਸਿੰਘ, ਕਮੀਰਾ ਸਿੰਘ ਜੀ। ਹਾਂਜੀ, ਸਾਡੇ ਪਿੰਡ ਦੇ ਹੀ ਆ ਜੀ। ਹਾਂਜੀ, ਉਸ ਤੋਂ ਬਾਅਦ ਸ਼ਿਕਾਇਤ ਕੀਤੀ ਅਸੀਂ, ਉਸ ਤੋਂ ਬਾਅਦ ਜੀ ਪਰਚਾ ਕੱਟਿਆ ਗਿਆ ਇਹਨਾਂ ਤੇ। ਉਹਨਾਂ ਨੇ ਕਾਰਵਾਈ ਕੋਈ ਨਹੀਂ ਪਾਈ। ਉਦੋਂ ਬਾਅਦ ਜੀ ਅਸੀਂ ਓਦਾਂ ਹੀ ਘੁੰਮਦੇ ਆ, ਹਜੇ ਵੀ ਹੁਣ ਵੀ ਧਮਕੀਆਂ ਦਿੰਦੇ ਆ। ਕੀ ਕਹਿੰਦੇ ਆ? ਹੁਣ ਕਹਿੰਦੇ ਸਾਡਾ ਕਿਸੇ ਨੇ ਕੀ ਕਰ ਲਿਆ, ਅਸੀਂ ਇੰਨਾ ਕੁਛ ਕਰ ਲਿਆ, ਉਹ ਕਹਿੰਦੇ ਸਾਡਾ ਕੋਈ ਕੁਛ ਨਹੀਂ ਕਰ ਸਕਿਆ। ਮੈਨੂੰ ਇਨਸਾਫ਼ ਚਾਹੀਦਾ ਜੀ। ਇਕੱਲੀ ਸੀ ਘਰ ਵਿੱਚ ਮੈਂ, ਮੇਰੀ ਨਾਨਾ ਦੇ ਸਕੀ ਤੇ ਜੀ, ਮੈਂ ਜੇਠ ਘਰੇ ਬੈਠੀ ਸੀ, ਕੱਪੜੇ ਤਹਿ ਮਾਰ ਰਹੀ ਸੀ ਪਾਣ ਵਾਲੇ, ਉਧਰ ਸੁਕਣੇ ਪਾਏ ਹੋਏ ਸੀ, ਤਹਿ ਮਾਰਦੀ ਸੀ ਕੱਪੜੇ ਤੇ ਮੈਂ ਚੀਕ ਚਿਹਾੜੇ ਦੀ ਆਵਾਜ਼ ਸੁਣੀ ਤੇ ਮੈਂ ਉੱਥੋਂ ਹੌਲੀ ਹੌਲੀ ਤੁਰ ਕੇ ਆਈ ਵੀ ਮੈਂ ਕਾਹਲੀ ਨਹੀਂ ਤੁਰਿਆ ਜਾਂਦਾ, ਮੇਰਾ ਗੋਡਾ ਦਰਦ ਕਰਦਾ। ਤੇ ਉਹਨਾਂ ਨੇ ਮਨਪ੍ਰੀਤ ਨੂੰ ਇਕੱਲੀ ਵੇਖ ਕੇ, ਸਾਡੀ ਤਾਈ ਨੇ ਰੌਲੇ ਸੁਣਦੇ ਨੂੰ ਵੇਖ ਕੇ, ਤਾਈ ਆਈ ਕੋਲੇ ਪਾਣੀ ਪੁਣੀ ਪਿਆਇਆ ਉਹਨਾਂ ਨੇ, ਤੇ ਮਨਪ੍ਰੀਤ ਥੱਲੇ ਵਿਹੜੇ ਚ ਡਿੱਗੀ ਪਈ ਸੀ। ਜਿਸ ਸਮੇਂ ਮੈਂ ਆਈ, ਤਾਈ ਨੇ ਪਾਣੀ ਪੁਣੀ ਪਿਆਇਆ। ਮੈਂ ਤਾਈ ਨੂੰ ਪੁੱਛਿਆ ਕੀ ਹੋ ਗਿਆ ਇਹਨੂੰ,
ਕਰਦੀ ਵੀ ਹਲੇ ਤੱਕ ਸੁਰਤ ਨਹੀਂ ਆਈ ਗਈ, ਸੁਰਤ ਆ ਲੈਂਦੇ ਫਿਰ ਪੁੱਛਣੀ। ਸੁਰਤ ਆਈ ਤੇ ਮਨਪ੍ਰੀਤ ਤੋਂ ਮੈਂ ਪੁੱਛਿਆ ਕੀ ਹੋਇਆ ਮਨਪ੍ਰੀਤ, ਉਹ ਕਹਿੰਦੀ ਭਾਬੀ ਪੰਜ ਜਣਾ ਨੇ ਆ ਕੇ ਮੇਰੇ ਨਾਲ ਇਹਨੂੰ ਹੱਥ ਪਾਇਆ, ਮੇਰੇ ਕੱਪੜੇ ਪਾੜ ਤੇ ਉਹਨਾਂ ਨੇ ਬੇਅਰਾਮੀ ਕੀਤੀ ਸਾਡੀ ਬੇਟੀ ਨਾਲ, ਤੇ ਬੇਉਦੋਂ ਜ਼ਿਆਦਾ ਹੁਣ ਧਮਕੀਆਂ ਦੇ ਰਹੇ ਨੇ ਕਿ ਸਾਡੀ ਨਾਲ ਰਾਜੀਨਾਮਾ ਕਰੋ। ਅਸੀਂ ਰਾਜੀਨਾਮਾ ਕਿਵੇਂ ਕਰ ਲਈਏ ਜਦ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਪਿਆ ਗਾ। ਉਹਨਾਂ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ, ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਤੱਕ ਰਹੇ ਤੱਕ ਕੋਈ ਪਹੁੰਚ ਨਹੀਂ ਪਹੁੰਚਦੀ ਪਈ ਗਈ, ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ। ਸਾਡੇ ਹੱਥ ਜੋੜ ਕੇ ਬੇਨਤੀ, ਜਲਦ ਸੇ ਜਲਦ ਉਹਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਸਾਡੀ ਬੇਟੀ ਨੂੰ ਇਨਸਾਫ਼ ਮਿਲੇ। ਜੇ ਸਾਡੀ ਬੇਟੀ ਨੂੰ ਕੁਛ ਖਾ ਪੀ ਲਿਆ ਤਾਂ ਕਿਸ ਜੋਗੇ ਆ, ਬਦਨਾਮੀ ਤਾਂ ਸਾਡੀ ਇੰਨੀ ਹੋਏਗੀ, ਫਿਰ ਸਾਡਾ ਜੀਣ ਦਾ ਵੀ ਕੀ ਫਾਇਦਾ ਇਸ ਦੁਨੀਆਂ ਤੇ। ਸਾਡੀ ਆਹੀ ਮਿੰਨਤ ਆ, ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜਲਦ ਸੇ ਜਲਦ ਉਹ ਅਰੈਸਟ ਕੀਤੇ ਜਾਣ ਬੰਦੇ। ਅਸੀਂ ਉਹਨਾਂ ਨੇ ਇਹੀ ਕਿਹਾ ਵੀ ਉਹਨਾਂ ਨੂੰ ਅਰੈਸਟ ਕਰੋ ਅੰਕਲ ਪਲੀਜ਼। ਉਹਨਾਂ ਅੱਗੇ ਵੀ ਇਹੀ ਰਿਕੁਐਸਟ ਕੀਤੀ, ਉਹ ਨਹੀਂ ਮੰਨਦੇ ਪੈ ਗਏ, ਉਹ ਕਹਿੰਦੇ ਚੱਲ ਅਸੀਂ ਇੱਕ ਵਾਰੀ ਕਰਦੇ ਹਾਂ। ਉਹਨਾਂ ਨੇ ਹੁਣ ਇਹ ਕਿਹਾ ਵੀ ਅਸੀਂ ਬੰਦੇ ਚੁਕਵਾਉਣੇ ਆ, ਸ਼ਾਮ ਦੀ ਤੀਕਰ ਉਹਨਾਂ ਨੇ ਕਰਤਾ ਹੱਲ, ਹੁਣ ਵੇਖਦੇ ਹਾਂ ਸ਼ਾਮ ਤੀਕਰ ਚੱਕੇਗਾ ਠੀਕ ਹੈ ਜਾਂ ਕੱਲ੍ਹ ਤੀਕਰ ਸਾਨੂੰ ਪੂਰਾ ਇਨਸਾਫ਼ ਦਿੱਤਾ ਜਾਵੇ ਜਾਂ ਫਿਰ ਅਸੀਂ ਉਹ ਹੱਲ ਕਰਾਂਗੇ ਜਿਹੜਾ ਨਾ ਕਰਨਾ ਹੋਇਆ। ਸਾਡੇ ਕੋਲ ਜੋ ਉਮੀਦ ਪੁੱਗੀ ਅਸੀਂ ਕਰਾਂਗੇ, ਫਿਰ ਕੀ ਗੱਲ, ਉਹ ਪੈਸੇ ਵਾਲੇ ਨੇ ਤੇ ਅਸੀਂ ਗਰੀਬ ਆ, ਉਹਨਾਂ ਦੀ ਜ਼ਿਆਦਾ ਸੁਣੀ ਜਾਂਦੀ, ਗਰੀਬ ਦਾ ਕੋਈ ਹੈ ਹੀ ਨਹੀਂ ਦੁਨੀਆਂ ਤੇ। ਕਰਦੇ ਨੇ ਵੀਰੇ ਕੋਠਿਆਂ ਤੇ ਚੜ ਚੜ ਕੇ ਧਮਕੀਆਂ ਦੇ ਰਹੇ ਨੇ, ਸਾਡੇ ਨਾਲ ਰਾਜੀਨਾਮਾ ਕਰੋ ਜਾਂ ਤੁਹਾਡੀ ਬੱਚੀ ਨੂੰ ਚੱਕ ਕੇ ਲੈ ਜਾਂਗੇ ਜੁਆਇਨ ਕਰਾਂਗੇ, ਬਸ ਇਹ ਧਮਕੀਆਂ ਦੇ ਰਹੇ ਨੇ ਸਾਨੂੰ। ਦੋਸ਼ੀ ਸ਼ਰੇਆਮ ਘੁੰਮ ਰਹੇ ਨੇ ਤੇ ਕੋਈ ਮਦਦ ਨਹੀਂ ਕਰਦੀ ਪਈ, ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ, ਪੁਲਿਸ ਉਹਨਾਂ ਮਗਰ ਜਾ ਰਹੀ, ਸਾਡੀ ਕੋਈ ਨਹੀਂ ਸੁਣਦਾ ਪਿਆ। ਕਿਸੇ ਲੜਕੀ ਨੇ ਆ ਕੇ ਸਾਡੇ ਕੋਲ ਦਰਖਾਸਤ ਦਿੱਤੀ ਸੀ ਕਿ ਮੈਨੂੰ ਪਿੰਡ ਦੇ ਕੁਝ ਯੁਵਕਾਂ ਨੇ ਮੇਰੇ ਨਾਲ ਛੇੜਛਾਣੀ ਕੀਤੀ ਹੈ ਅਤੇ ਮੇਰਾ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਉਹਦੇ ਬਿਆਨਾਂ ਦੇ ਆਧਾਰ ਦੇ ਉੱਤੇ FIR ਜਿਹੜੀ ਆ ਉਹ ਦਰਜ ਕੀਤੀ ਗਈ ਹੈ ਅਤੇ ਫਰਦਰ ਇਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਪੰਜ ਆਰੋਪੀਆਂ ਦੇ ਖਿਲਾਫ਼ ਦਰਜ ਕੀਤਾ। ਨਹੀਂ, ਇਹਦੇ ਵਿੱਚ ਐਸੀ ਕੋਈ ਗੱਲ ਨਹੀਂ ਹੈਗੀ, ਉਹ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਹੈਗੇ, ਪੁਲਿਸ ਲਗਾਤਾਰ ਉੱਥੇ ਰੇਡ ਕਰ ਰਹੀ ਹੈ ਤੇ ਜਦੋਂ ਵੀ ਉਹ ਘਰੇ ਮਿਲ ਗਈ ਅਸੀਂ ਫੌਰਨ ਗ੍ਰਿਫਤਾਰ ਕਰ ਲਾਂਗੇ। ਸੁਨੀਲ ਜਿੰਦਲ, ਦਿਵਯ ਪੰਜਾਬ ਟੀਵੀ, ਫਰੀਦਕੋਟ।